ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਦਿੱਤੇ ਗਏ ਅਸਤੀਫੇ ਤੋਂ ਬਾਅਦ ਲੋਕਲ ਲੀਡਰ ਅਤੇ ਵਰਕਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਰਕਰਾਂ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਸੀਐਮ ਤੋਂ ਵੀ ਉੱਪਰ ਕੁਝ ਲੱਭ ਰਹੇ ਨੇ। ਕਾਂਗਰਸੀ ਵਰਕਰ ਸੰਜੀਵ ਖੋਸਲਾ, ਸੰਨੀ ਭੁਪਿੰਦਰ ਨੇ ਕਿਹਾ ਕਿ ਚੋਣਾਂ ਸਿਰ ਤੇ ਨੇ ਅਤੇ ਕਾਂਗਰਸ ਦੇ ਵਿੱਚ ਉਥਲ ਪੁਥਲ ਹੋ ਰਹੀ ਹੈ, ਜਿਸ ਦੇ ਨਾਲ ਚੋਣਾਂ ਦੇ ਵਿੱਚ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਕਾਂਗਰਸ ਹਾਈਕਮਾਨ ਨੇ ਸਿੱਧੂ ਦੇ ਕਹਿਣ ਤੇ ਹੀ ਸਭ ਕੁਝ ਕੀਤਾ। ਉਹਨਾਂ ਨੇ ਕਿਹਾ ਕਿ ਜੋ ਗੱਲ ਸਿੱਧੂ ਨੇ ਅਸਤੀਫੇ ਦੇ ਦੌਰਾਨ ਕਹੀ ਹੈ ਉਹ ਕੋਈ ਵੱਡਾ ਮੁੱਦਾ ਨਹੀਂ ਹੈ। ਅਸੀਂ ਕਾਂਗਰਸ ਹਾਈਕਮਾਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੁੱਦੇ ਨੂੰ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਬਣ ਸਕੇ। ਸਿਆਣੇ ਕਹਿੰਦੇ ਮੰਗ ਵੀ ਮੰਗੀ ਤੇ ਰਹੀ ਵੀ ਨਹੀਂ। ਮੰਗ ਵੀ ਮੰਗ ਕੇ ਸਭ ਕੁਝ ਲੈ ਲਿਆ, ਆਲਾ ਕਮਾਨ ਨੇ ਦੇ ਵੀ ਦਿੱਤਾ, ਆਪਣੀ ਮਰਜ਼ੀ ਦਾ ਚੀਫ ਮਿਨਿਸਟਰ ਲੱਗ ਗਿਆ। ਹੁਣ ਜਦੋਂ ਟੀਮ ਤਿਆਰ ਹੋਣੀ ਸੀ ਉੱਤੇ ਉਹਨਾਂ ਦੀ, ਉਹਦੇ ਵਿੱਚ ਵੀ ਉਹਨਾਂ ਦੀ ਇਹੋ ਹੀ ਵੀ ਮੇਰੇ ਕਹਿਣ 'ਤੇ ਟੀਮ ਤਿਆਰ ਦੇ ਹੋਵੇ। ਹਰ ਇੱਕ ਬੰਦਾ ਜਿਹੜਾ ਸਿੱਧੂ ਸਾਹਿਬ ਤੋਂ ਪਹਿਲਾਂ, ਜਿਨ੍ਹਾਂ ਨੂੰ ਅੱਜ 50-50 ਸਾਲ ਹੋ ਚੱਲੇ ਆ, ਰੰਧਾਵਾ ਜੀ ਨੇ, ਤ੍ਰਿਪਤ ਬਾਜਵਾ ਜੀ ਨੇ, ਕਿੰਨੇ ਸੀਨੀਅਰ ਨੇ, ਉਹਨਾਂ ਨੇ ਹਾਈਕਮਾਂਡ ਨੇ ਵਧੀਆ ਗੱਲ ਕੀਤੀ ਵੀ ਚਰਨਜੀਤ ਸਿੰਘ ਚੰਨੀ ਵਰਗਾ ਇੱਕ ਨੇਕ ਇਨਸਾਨ ਲਿਆਂਦਾ। ਉਹਨਾਂ ਨੂੰ ਲਿਆ ਕੇ ਚੰਨੀ ਜੀ ਨੇ ਵੇਖੋ ਕਿੱਡੀ ਵਧੀਆ ਗੱਲ ਕੀਤੀ। ਪਹਿਲਾਂ ਆਉਂਦਿਆਂ ਆਪਣੀ ਉਹਨਾਂ ਨੇ ਸਕਿਉਰਟੀ ਲਾਈ, ਮਿਨਿਸਟਰਾਂ ਨੂੰ ਵੀ ਆਰਡਰ ਦਿੱਤੇ ਵੀ ਤੁਸੀਂ ਸਕਿਉਰਟੀ ਲਾ ਦਿਓ। ਸਾਰੇ ਉਹਨਾਂ ਦੀ ਰਹਿਨਮਾਈ ਹੇਠ ਚੱਲਦੇ ਆ ਰਹੇ ਨੇ। ਨਵਜੋਤ ਸਿੰਘ ਸਿੱਧੂ ਜੀ ਨੂੰ ਇਹੋ ਜਿਹੀ ਕਿਹੜੀ ਕਾਰਨ ਹੋ ਗਈ, ਗੱਲ ਹੋ ਗਈ ਵੀ ਜਿਹਦੀ ਆਉਣ ਦੀ ਸਪੋਰਟ ਹੀ ਬਿਨਾਂ ਕਿਸੇ ਨੂੰ ਦੱਸੇ, ਬਿਨਾਂ ਸੁਝਾਅ ਦਿੱਤੇ ਆ ਜਾਂ ਲਿਆ ਅਸਤੀਫਾ ਦੇਣਾ ਪੈ ਗਿਆ। ਭਾਅ ਜੀ ਵੇਖੋ ਜੀ, ਇਹ ਨੁਕਸਾਨ ਜਿਹਾ ਨੁਕਸਾਨ। ਹੁਣ ਲੋਕਾਂ ਦਾ ਵਤੀਰਾ ਇਹ ਹੋ ਗਿਆ ਜੀ, ਜਦੋਂ ਘਰ ਦੇ ਵਿੱਚ ਵੀ ਕੋਈ ਰੋਜ਼ ਲੜਦਾ ਹੋਵੇ ਨਾ ਤਾਂ ਉੱਥੇ ਕਹਿੰਦੇ ਆ ਜੀ ਇਹਨਾਂ ਦੇ ਘਰ ਛੱਡੋ ਕੀ ਜਾਣਾ, ਇਹਨਾਂ ਦਾ ਨਿੱਤ ਦਾ ਕੰਮ ਹੋ ਗਿਆ। ਜਦੋਂ ਕਿਸੇ ਕੋਲ ਇਲੈਕਸ਼ਨ 'ਤੇ ਵੋਟ ਲੈਣ ਜਾਵਾਂਗੇ ਨਾ, ਉਹਨਾਂ ਸਾਨੂੰ ਸਵਾਲ ਪੁੱਛਣੇ ਆ ਜੀ ਦੱਸੋ ਵੀ ਜਿਹੜੀ ਪਾਰਟੀ ਕਰਕੇ ਆਏ ਹੋ ਉਹਦੇ ਪਾਰਟੀ ਦਾ ਕੋਈ ਸਟੈਂਡ ਹੈਗਾ? ਜਿਹੜੀ 70 ਸਾਲਾਂ ਤੋਂ ਪਾਰਟੀ ਰਾਜ ਕਰ ਰਹੀ ਹੈ, ਜਿਹਨੇ ਲੋਕਾਂ ਨੂੰ ਗਰੀਬਾਂ ਨੂੰ ਅਧਿਕਾਰ ਦਿੱਤੇ ਨੇ, ਆਪਣਾ ਇੰਦਰਾ ਗਾਂਧੀ ਜੀ ਨੇ ਅਧਿਕਾਰ ਦਵਾਏ ਨੇ, ਹੁਣ ਅੱਜ ਦੇ ਸਮੇਂ ਦੇ ਵਿੱਚ ਹਾਲਾਤ ਜਿਹੜੇ ਇਹੋ ਜਿਹੇ ਹੋ ਚੁੱਕੇ ਆ, ਜੇ ਇਹੋ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਰਾਸ਼ਟਰਪਤੀ ਰਾਜ ਲਾਗੂ ਹੋ ਜਾਏਗਾ ਜੀ। ਇਸ ਮੁੱਖ ਮੰਤਰੀ ਇਸ ਕਰਕੇ ਬਣਾਇਆ ਗਿਆ ਸੀਗਾ ਬਰਗਾੜੀ ਕਾਂਡ ਵਰਗੇ ਜਾਂ ਹੋਰ ਵੀ ਜਿਹੜੇ ਡੈਵਲ ਕਲਾ ਕਾਂਡ ਵਰਗੇ ਨੇ ਉਹ ਮਸਲੇ ਜਿਹੜੇ ਨੇ ਹੱਲ ਹੋ ਸਕਦੇ ਨੇ, ਕਿ ਕਾਂਗਰਸ ਦੇ ਵਿੱਚ ਆਪਣੇ ਜਿਹੜੇ ਨਵੇਂ ਮਸਲੇ ਪੈ ਗਏ? ਸਰ ਬਰਗਾੜੀ ਕਾਂਡ ਜਿਹੜਾ ਸੀ ਇਹ ਵੀ ਹੱਲ ਸੀ, ਹੋ ਜਾਣਾ ਸੀ। ਅਸਲ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਜਿਹੜੀ ਹੈਗੀ ਹੈ, ਵੇਖੋ ਸੀ ਐੱਮ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੇ 2 ਵਾਰੀ ਇਲੈਕਸ਼ਨ ਜਿੱਤੀ, ਇਹ ਤੁਹਾਨੂੰ ਵੀ ਪਤਾ ਹੋਏਗਾ ਵੀ ਬਾਦਲਾਂ ਕੋਲੋਂ ਪੰਜਾਬ ਦੇ ਵਿੱਚ ਇਲੈਕਸ਼ਨ ਜਿੱਤੀ ਜਾਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ, ਬੜੀ ਵੱਡੀ ਕੈਪਟਨ ਅਮਰਿੰਦਰ ਸਿੰਘ ਦੀ ਦੇਣ ਸੀ। ਆਉਣ ਦੀ ਸਪੋਰਟ ਉਹਨਾਂ ਕੋਲ ਅਸਤੀਫਾ ਲਿਆ ਗਿਆ, ਜਲੀਲ ਕਰਕੇ ਉਹਨਾਂ ਨੂੰ ਵੀ ਕੱਢਿਆ ਗਿਆ। ਹੁਣ ਜਿਹੜੇ ਬਾਕੀ ਮਿਨਿਸਟਰਾਂ ਨੇ ਕਾਰਨ ਦੱਸੋ, ਨੋਟਿਸ ਕਿਸੇ ਨੂੰ ਨਹੀਂ ਮਿਲਿਆ, ਸਿੱਧੂ ਸਾਹਿਬ ਦੇ ਕਹਿਣ 'ਤੇ ਸਭ ਕੁਝ ਹੋਇਆ, ਹਾਈਕਮਾਂਡ ਨੇ ਮੰਨਿਆ ਵੀ। ਸਿੱਧੂ ਸਾਹਿਬ ਨੂੰ ਇਹ ਗੱਲ ਚਾਹੀਦੀ ਸੀ ਵੀ ਜੇ ਮੈਂ ਅੱਜ ਇਹ ਕਰਦਾ, ਮੈਂ ਆਪਣੀ ਆਪਣੇ ਵਾਸਤੇ, ਆਪਣੇ ਸਵਾਰਥ ਵਾਸਤੇ, ਉੱਤੋਂ ਲੈ ਕੇ ਥੱਲੇ ਤੱਕ ਜਿਹੜੀ ਪਾਰਟੀ ਦੇ ਵਰਕਰਾਂ ਦਾ ਨੁਕਸਾਨ ਬਹੁਤ ਹੋ ਰਿਹਾ। ਸਰ ਇਹ ਤਾਂ ਬਿਲਕੁਲ ਗਲਤ ਗੱਲ ਹੈ ਜੀ, ਆਪਣਾ ਇਲੈਕਸ਼ਨ ਨੁਕਸਾਨ ਹੋਏਗਾ। ਆਪਾਂ ਪੰਜਾਬ ਪ੍ਰਧਾਨ ਸਾਡੇ ਸਿੱਧੂ ਸਾਹਿਬ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਜ਼ਿਲ੍ਹਾ ਪ੍ਰਧਾਨ ਬਣਾਉਣ ਆ ਕੇ, ਸ਼ਹਿਰ ਦੇ ਪ੍ਰਧਾਨ ਬਣਾਉਣ, ਵਾਰਡਾਂ ਦੇ ਪ੍ਰਧਾਨ, ਜਿਹੜਾ ਉਹਨਾਂ ਦਾ ਕੰਮ ਆ, ਉਹਨਾਂ ਦਾ ਕੰਮ ਨਹੀਂ ਕੈਬਨਿਟ ਬਣਾਉਣਾ, ਕੈਬਨਿਟ ਬਣਾਉਣਾ ਸੀ ਐੱਮ ਦਾ ਕੰਮ ਆ। 117 ਹਲਕੇ ਨੇ, ਸਿੱਧੂ ਸਾਹਿਬ ਨੇ ਕਿਹਾ ਸੀਗਾ ਕਿ 15 ਅਗਸਤ ਤੋਂ ਬਾਅਦ ਮੇਰਾ ਬੋਰੀਆ ਬਿਸਤਰਾ ਕਾਂਗਰਸ ਭਵਨ ਦੇ ਵਿੱਚ ਹੋਵੇਗਾ। ਮੈਨੂੰ ਇੱਕ ਦਿਨ ਦੱਸ ਦਿਓ ਕਾਂਗਰਸ ਨੂੰ ਬੈਠੇ ਹੁੰਦੇ ਹੋ, ਆਮ ਬੰਦੇ ਨੂੰ ਤਾਂ ਮਿਲਦੇ ਨਹੀਂ। ਜੇ ਪੰਜਾਬ ਪ੍ਰਧਾਨ ਦਾ ਕੰਮ ਹੈ ਕਿ ਆਪਾਂ ਲੋਕਾਂ ਨੂੰ ਮਿਲੀਏ, ਇਲੈਕਸ਼ਨ ਨੂੰ ਜਿੱਤ ਕਰਾਉਣੀ, ਕਿੱਦਾਂ ਕਰਾਉਣੀ ਹੈ, ਪਰ ਉਹਨਾਂ ਵੱਲੋਂ ਉਹਨਾਂ ਧਿਆਨ ਨਹੀਂ। ਉਹ ਕਹਿੰਦੇ ਕਿ ਮੈਂ ਸੀ ਐੱਮ ਇੱਕ ਰਬਰ ਸਟੈਂਪ ਬਣ ਕੇ ਰਹਿ ਜੇ, ਉਹ ਤਾਂ ਹੋ ਨਹੀਂ ਸਕਦਾ। ਸੀ ਐੱਮ ਇੱਕ ਬੜੀ ਤਕੜੀ ਪਾਵਰ ਆ ਪੰਜਾਬ ਦੀ, ਕੈਪਟਨ ਸਾਹਿਬ ਨੂੰ ਉਹਨਾਂ ਨੇ ਪਿੱਛੇ ਕਰਤਾ, ਤਾਂ ਕੈਪਟਨ ਸਾਹਿਬ ਵੀ ਗਲਤ ਹੋ ਗਏ, ਚੰਨੀ ਸਾਹਿਬ ਵੀ ਗਲਤ ਹੋ ਗਏ, ਸਿਰਫ ਸਿੱਧੂ ਸਾਹਿਬ ਸਹੀ ਨੇ। ਇਹ ਮੈਂ ਇਸ ਚੀਜ਼ ਨੂੰ ਸਹਿਮਤ ਨਹੀਂ ਹੈਗਾ। ਬੜਾ ਗੁੱਸਾ ਤੁਹਾਡੇ ਵਿੱਚ, ਕੈਪਟਨ ਸਿੱਧੂ ਸਾਹਿਬ ਵੀ ਕਾਂਗਰਸੀ ਨੇ। ਸਰ ਦੇਖੋ, ਗੁੱਸੇ ਦੀ ਗੱਲ ਨਹੀਂ ਹੈਗੀ, ਇਹ ਥੋੜ੍ਹੀ ਹੈਗਾ ਕਿ ਆਪਣਾ ਤੁਸੀਂ ਵੀ ਆਪਣੇ ਪਰਿਵਾਰ ਦੇ ਮੈਂਬਰ ਹੋ, ਸਾਡੇ ਵੀ ਪਰਿਵਾਰ ਨੇ, ਪਰਿਵਾਰ ਦੇ ਵਿੱਚ ਗੁੱਸੇ ਗੇਲੇ ਚੱਲਦੇ ਰਹਿੰਦੇ ਨੇ, ਪਰ ਇਹ ਨਹੀਂ ਕਿ ਮਿੰਟ ਬਾਅਦ ਮੈਂ ਜਾ ਕੇ ਮੈਂ ਘਰੋਂ ਛੱਡ ਚੱਲਾਂ, ਮੈਂ ਇਹ ਕਰ ਲਾਂਗਾ ਮੰਮੋ, ਇਹ ਡਰਾਮੇਬਾਜ਼ੀ ਹੈ, ਇਹ ਕਾਮੇਡੀ ਸ਼ੋਅ ਕੱਬੇ ਲੈਂਡ 'ਚ ਚੱਲ ਸਕਦਾ, ਪੰਜਾਬ ਦੀ ਸਿਆਸਤ 'ਚ ਨਹੀਂ ਚੱਲ ਸਕਦਾ। ਦਿੱਲੀ ਹਾਈਕਮਾਂਡ ਨੂੰ, ਕਾਂਗਰਸ ਨੂੰ ਸਿੱਧੂ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਹਾਈਕਮਾਨ ਨੂੰ ਕਹਿਣਾ ਚਾਹੁੰਦਾ ਕਿ ਬਿਲਕੁਲ ਸੀਰੀਅਸ ਹੋ ਕੇ ਇਲੈਕਸ਼ਨ ਲੜਿਆ ਜਾਏ ਪੰਜਾਬ ਦਾ, ਕੋਈ ਬੰਦਾ ਪੰਜਾਬ ਪ੍ਰਧਾਨ ਕੋਈ ਵਧੀਆ ਦੇਣ ਜਿਹਦੇ ਨਾਲ ਪੰਜਾਬ ਦੀ ਮਜ਼ਬੂਤੀ ਮਿਲੇ, ਉਹ ਲੀਡਰ ਦੇਣ ਜਿਹੜਾ ਥੱਲੇ ਲੋਕਾਂ ਨੂੰ, ਵਰਕਰਾਂ ਨੂੰ ਮਿਲ ਸਕੇ, ਟਾਈਮ ਦੇਵੇ। ਇਹ ਨਹੀਂ ਕਿ ਪੈਰਾਸ਼ੂਟ ਤਾਂ ਨਹੀਂ ਆਉਂਦੇ, ਪੈਰਾਸ਼ੂਟ ਤਾਂ ਨਹੀਂ ਜਾਓ, ਇਹ ਕੰਮ ਨਹੀਂ। 16 ਦਿੱਲੀ ਜਾਣਾ, 16 ਸੀਟਾਂ ਆਪਣਾ ਚਾਰਟਰ ਲੈ ਕੇ ਆਪਾਂ ਦਿੱਲੀ ਜਾ ਰਹੇ ਹਾਂ, ਪੰਜਾਬ ਸਰਕਾਰ ਦਾ ਹੈਲੀਕਾਪਟਰ ਵਿੱਚ ਵੀ ਜਾ ਸਕਦੇ ਹਾਂ, ਉਹ 'ਚ ਕਿਉਂ ਨਹੀਂ ਗਏ? ਬਾਈ ਰੋਡ ਇਨਸਾਨ ਜਾਂਦਾ, ਇਹ ਬਾਈ ਰੋਡ ਕਿਉਂ ਨਹੀਂ ਜਾ ਸਕਦੇ? ਇਹਨਾਂ ਨੂੰ ਬਹੁਤਾ ਖਤਰਾ। ਪੰਜਾਬ ਪ੍ਰਧਾਨ ਚਾਹੀਦਾ ਵਾ ਜਿਹੜਾ ਹਰ ਬੰਦੇ ਨੂੰ ਮਿਲੇ, ਛੋਟੇ ਤੋਂ ਛੋਟੇ ਵਰਕਰ ਨੂੰ, ਵੱਡੇ ਤੋਂ ਵੱਡੇ ਵਰਕਰ ਨੂੰ। ਪੰਜਾਬ ਦੀ ਪ੍ਰਧਾਨਗੀ ਮਿਲਿਆ ਨੂੰ ਅੱਜ 2.5 ਮਹੀਨੇ ਹੋ ਚੱਲੇ ਆ, ਮੈਨੂੰ ਦੱਸੋ ਕਿਤੇ ਜ਼ਿਲ੍ਹਾ ਪ੍ਰਧਾਨ ਲੱਗਾ ਕਿਤੇ? ਕੋਈ ਸ਼ਹਿਰ ਦਾ ਪ੍ਰਧਾਨ ਬਦਲਿਆ, ਕੋਈ ਵਾਰਡ ਦਾ ਪ੍ਰਧਾਨ ਬਦਲਿਆ? ਮੇਨ ਚਾਹੀਦਾ ਵਾਰਡ ਦੇ ਪ੍ਰਧਾਨ ਬਦਲਣ, ਲੋਕਾਂ ਨੂੰ ਮਜ਼ਬੂਤੀ ਕਰਕੇ ਦੇਣ ਕਿ ਹਾਂ ਪਾਰਟੀ ਉਸ
एक बड़ी मंदभागी घटना कि रोज़ ही प्रधानगियों के अस्तीफे या प्रधान नवा चुनना ये वर्करां का मनोबल घटता। जिस तरह कि यही लोग बूथ ते बहन वाले वर्कर हैं, असी कांग्रेस पार्टी ने जुड़े दे वर्कर हैं, कल नूं सिर दे उपर वोटां ने, मतलब तुसीं कह सकदे हो इलैक्शन सिर ते है, ते सानूं लोकां नूं वोटां मंगण लगे बड़ी शर्मिंदगी का सामना करना पेगा। ये जिहड़े इहो जिहे स्टैप है जिहड़े प्रधान पंजाब प्रधान कोई छोटी हस्तियां नहीं, इन्हां नूं इहो जिहे फैसले अंदर वड़ के लैने चाहीदे आ। जे कोई मंत्री मंडल दित्ता जां लित्ता, इह ते वड्डे लैवल दीआं गल्लां, इन्हां नूं इह अंदर शांति नाल बह के काम करने चाहीदे, ना कि रोज़ ही रिजाइन दे के आपां गल करिए ते वधिया गल नहीं। इलैक्शन सिर ते की लगदा कि इलैक्शनां तों पहलां उथल पुथल होणी जायज़ नहीं? पार्टी नूं नुकसान है भाजी, पार्टी नूं नुकसान है। ये जो हालात है इस वेले वैसे ही लोगों का मनोबल जिहड़ा बड़ा खराब है, कांग्रेस पार्टी नूं भी बहुत जतन करना पेगा सरकार बनाने वास्ते। असी तो समझते हैं चन्नी साहब एक वधिया काम कर रहे हैं, वर्करां नूं मिलदे पे आ, आम आदमी वांग काम करते पे आ, जिहड़ा सानूं बेनीफिट मिलेगा। पर हुण जिहड़ा कल दी घटना वा उहदे नाल फिर साडे मन बड़े टुट्टे ने, मन मतलब वर्कर का मन कमजोर होया। मैं जी कह सकदा देखो जी, प्रधान का मतलब होंदा है कि घर का मुखी, जिन्नी टीम कांग्रेस की मान लो दा सिर दा ताज। अज प्रधान इलैक्शन के टाइम पर आ के जो प्रधान जी कर रहे हैं तो वो उन्होंने एक काबिलियत शोभा नहीं दिता। काम प्रधान साहब नूं हाईकमान ने बड़ा तगड़ा थापड़ा दे के तोरिया सी कि जाओ तुम पंजाब की कमान सांभो तो इलैक्शन जित के लियाओ। अज 15 दिन हो गए ने इस गल की खिचोतान जी, मेरा मंत्री नहीं बनया, मेरा मंत्री नहीं बनया। इस काम के आ के आपने वादे भुल चुके हैं, जो लोगों के काम ही वह भुल चुके हैं। वर्करा का मनोबल इन्ना टुट गया है कि वर्कर नमोशी के करके लोगों के घर वोटा मंगन वास्ते हल नहीं जा रहे, जो कि पार्टी दी इलैक्शन सिर ते ने, जो वोटा मंगन के टाइम के उपर आ के ही आपस लड़ रहे हैं। ठीक है जी, मैं समझदा कि इस टाइम जे सिद्धू साहब नूं हाले भी इन्नी पावर दे के रास नहीं आया तो इस तो बाद हाईकमान होर कुछ नहीं दे सकती किसी भी प्रधान नूं, जिन्नी पावर उन्होंने दे के तोरिया सी। अहीं भी कहते हम सिद्धू साहब के कट्टर फैन सी जी, मैं बकायदा दो तीन परसों तौर उन्होंने मिलन भी गया वा, बड़े अच्छे इंसान सी। लेकिन पता नहीं इस टाइम की उन्होंने मन चल रहा वा, कि हाई अप्रोच होर भी वो चाहते हैं, किड़े सियां पद तो भी उपरला लैवल चाहते हैं कि वो अज उन्होंने प्रधान की तो अस्तीफा देना पै गया। अज के डेट के उपर आ गया, आप वेखिए तो वर्कर इन्ना टुट चुका वा कि अज आप सोशल मीडिया से देख लिए ना जी, एको गल चल रही है कि सिद्धू साहब को ला दो, जो कि पहला सिद्धू साहब की खुशी के शामिल से वधाइया देंदे, अज उ वर्कर कह रहे हैं कि सिद्धू साहब को पार्टी चो जान दो, कोई नवा चेहरा अच्छा चेहरा लैके आओ जितना पार्टी एकजुट होवे, वर्कर एकजुट होवे, ता कि आप घर घर जाके वोट मंगिए। साढ़े को मुद्दे की लड़ाई लड़नी है, आप ही कांग्रेस की लड़ाई नहीं लड़नी कि साढ़े को आप मंत्री नहीं है, दूजा मंत्री तो उन्होंने वोटा पा दियो जी। कांग्रेस हाईकमान ने वो बंदा साइडलाइन कर दिता जिदे करके 2017 के कांग्रेस की सरकार बनी सी, सिर्फ सिद्धू ही गया, लेकिन अब सिद्धू अस्तीफा दे रहा है। देखो मैं तुम्हें अगे कहा जी, उन्होंने करके ही अज उन्होंने कैप्टन साहब उन्होंने साइड पर किया, जो कि एक बड़े अच्छे सूझवान लीडर से जेडे कि बहुत ही सियाने जिन्होंने आप कह लिए। मैं नहीं मानता कि कैप्टन साहब तो उपर इस टाइम पंजाब कोई हाले कोई लीडर हैगा उन्होंने एज के उपर, फिर भी इन्नी पावर दे के सिद्धू साहब तोरिया। तो सिद्धू साहब ने जो कल का वतीरा किया, एक ना किसी ने सलाह की, ना कोई प्रोपर कोई जी, देखो जी जो उन्होंने वजह पाई उस वजह का आप, मैं नहीं उन्होंने मानता कि यह कोई प्रधान वास्ती कोई वजह वा इस्तीफा देने की, पता नहीं किस सोच में लैके बैठे हुए ने, कि हाले भी हाई अप्रोच मंगते हैं वो, तो जिहड़े इन्होंने फिर अस्तीफा देता वा, ये पार्टी की छवि खराब हो रही है, पार्टी के वर्करा की छवि खराब हो रही है कि नुकसान जा रहे हैं। कल नूं अहीं वोटां लैण जाणा, सानूं बड़ियां गल्लां फेस करनियां पैंदियां लोकां दी, लीडर ने तो फिर उपर उपर रहना वा, अहीं गली महल्ले जाना जी वर्करां ने। नुकसान होएगा जी जे ना सांभिया गया जल्दी आ काम, तो बहुत तगड़ा नुकसान होएगा। आवाज़ एकम टीवी लई गुरदासपुर तों लक्की बटाला की रिपोर्ट।